महेश इंद्र सिंह अग्रवाल ने मुख्यमंत्री कैप्टन अमरिंदर सिंह द्वारा एक टीवी चैनल के इंटरव्यू में सिख फॉर जस्टिस के मुद्दे पर पूछे गए सवाल का जो जवाब दिया उसके बाद राजनीति गरमा गई जेडे कोशिश कर रहे ने गड़बड़ करने दी इट इज द आईएसआई वायर द सिक्स एक्सट्रीमिस्ट अब्रॉड 220 2020 करना चाहंदे ने और जेड़ा एसएफजे जेड़ी गोटी जी बढ़ाई फिरदा है ओ की नाम है दा गुरपत पन्नू 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 कोहर हो जेडे कनाडा अमेरिका यूके ਅਮ ਨਦਰਲੈਂਡਸ ਜਰਮਨੀ ਇਟਲੀ ਸਾਰੇ ਇਹਨਾਂ ਦੇ ਸ਼ਾਖਾ ਨੇ ਤੁਸੀਂ ਦੇਖਿਆ ਟ੍ਰਾਫੈਲ加 ਸਕੁਅਰ ਦਾ ਜਿਹੜਾ ਫੰਕਸ਼ਨ ਸੀ ਕਿਲੇ ਚੰਡੇ ਉੱਥੇ ਸੀ देयर वाज देयर वाज देयर वाज ਅ ਜਰਮਨ ਫਲੈਗ देयर वाज ਇਟਾਲੀਅਨ ਫਲੈਗਸ ਸਾਰੇ ਫਲੈਗਸ ਆਪਣੇ ਆਪਣੇ ਸਾਥੀ ਸਾਰੇ ਉਹਨਾਂ ਦੇ ਮਲਕਾਂ ਚ ਉਹਨਾਂ ਨੇ ਬੁਲਾਏ ਹੋਏ ਸੀ ਇਟ ਵਾਸ ਨਾਟ 올 ਯੂਕੇ ਟ੍ਰਾਫੈਲ加 ਸਕੁਅਰ ਵਾਲਾ ਲੇਕਿਨ ਉਹ ਹੈ ਉਹਨਾਂ ਨੂੰ ਚਲਾ ਕੌਣ ਰਿਹਾ ਸੀ ਇੱਕ ਲੈਫਟੇਨੈਂਟ ਕਰਨਲ ਸੀ ਪਾਕਿਸਤਾਨ ਫੋਰਸ ਦਾ ਜਿਹੜਾ ਇਹ ਦੇਖবার ਉੱਥੇ ਸਾਰੀ ਮੈਨੇਜਮੈਂਟ ਉੱਥੇ ਕਰ ਰਿਹਾ ਸੀ ਐਂਡ ਹੀ ਵਾਸ ਦੀ ਮੈਨ ਜਿਹੜਾ ਇਹ ਤੇ ਟ੍ਰਫੈਲਗਰ ਸਕੁਅਰ ਦਾ ਪ੍ਰਬੰਧ ਸਾਰਾ ਉਹਦੇ ਹੱਥ ਸੀ ਥਿਸ ਇਜ਼ ਅਨ ਆਈਐਸਆਈ ਪਾਕਿਸਤਾਨ ਬੈਕਡ ਅਟੈਂਪਟ ਟੂ ਡਿਸਟਰਬ ਪੰਜਾਬ ਜੋ ਮੈਂ ਸਮਝਦਾ ਪਿਛਲੇ ਮੈਂ 2-3 ਸਾਲ ਤੋਂ ਲਗਾਤਾਰ ਰਾਜਨਾਥ ਜੀ ਨੂੰ ਮਿਲਦਾ ਰਿਹਾ ਮੁੱਖ ਮੰਤਰੀ ਸਾਡੇ ਕੈਪਟਨ ਅਮਿੰਦਰ ਸਿੰਘ ਜੀ ਮਿਲਦੇ ਰਹੇ ਆ ਤੇ ਹਮੇਸ਼ਾ ਕਹਿੰਦੇ ਰਹੇ ਆ ਆ ਜਿਹੜੀ ਨਵੀਂ ਵੈਰਾਈਟੀ ਨਿਕਲੀ ਹੈ ਕਿ ਪੰਨੂ ਜਿਹੜਾ ਪਿੱਛੇ ਪੂੰਛ ਲਾ ਕੇ ਗੱਲ ਕਰਦਾ ਏ ਵੀ ਇਹਨੂੰ ਜਲਦੀ ਤੋਂ ਜਲਦੀ ਇਹਨੂੰ ਬੈਨ ਕਰੋ ਈਵਰੀ WhatsApp ਤੇ ਰੋਜ਼ ਬਕਵਾਸ ਕਰਦਾ ਏ ਮੈਂ ਸ਼ਬਦ ਬੋਲਣਾ ਨਹੀਂ ਚਾਹੁੰਦਾ ਰੋਜ਼ ਅਬਦ ਸ਼ਬਦ ਬੋਲਦਾ ਏ ਰੋਜ਼ ਹਿੰਦੁਸਤਾਨ ਚ ਪੰਜਾਬ ਚ ਅੱਗ ਲਾਉਣ ਦੀ ਗੱਲ ਕਰਦਾ ਮੇਰੇ ਆਨ ਰਿਕਾਰਡ ਉਹਨਾਂ ਨੇ ਇਹ ਗੱਲ ਕੀਤੀ ਹੋਈ ਆ ਆਈਬੀ ਦੇ ਚੀਫ ਨੂੰ ਮੈਂ ਲਗਾਤਾਰ ਮਿਲਦਾ ਰਿਹਾ ਵੀ ਹਜੇ ਵੀ ਸਮੇਂ ਅਸੀਂ ਤਾਂ ਆਪਣਾ ਸਭ ਕੁਝ ਗਵਾ ਲਿਆ ਪਰ ਹਜੇ ਪੰਜਾਬ ਨੂੰ ਜਾੜਨ ਵਾਲੇ ਲੋਕਾਂ ਨੂੰ ਸ਼ਹਿਨਾ ਮਿਲੋ ਇਸ ਗੱਲ ਨੂੰ ਉਦੋਂ ਇਹਨਾਂ ਨੇ ਟਿਮਿਟ ਕਰਦੇ ਰਹੇ ਥੋੜੇ ਚ ਤਾਕਤ ਤਾਂ ਇੱਥੇ ਆਓ ਉੱਥੋਂ ਮਾਰਨ ਦੀਆਂ ਗੱਲਾਂ ਕਰਦੇ ਹੋ ਕਦੇ ਜੀਕੇ ਚਲੇ ਜਾਂਦੇ ਨੂੰ ਕੁੱਟਣ ਦੀ ਮਾਰ ਕਿੱਡੀ ਕਿ ਸ਼ੋਭਾ ਦਿੰਦੀ ਹੈ ਗੱਲ ਕੱਲਾ ਬੰਦਾ ਕੋਈ ਬੱਚਿਆਂ ਨਾਲ ਗਿਆ ਉੱਥੇ ਕੋਈ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਕੋਈ ਛੁੱਟੀਆਂ ਮਨਾਉਣ ਗਿਆ ਤੇ ਤੁਸੀਂ ਉਹਦੇ ਮੰਗਮਗਰ ਪੈ ਕੇ ਆਪਣੇ 4-5 ਤਤਕੂਟੀ ਜੇ ਇਕੱਠੇ ਕਰਕੇ ਜੋਕਰ ਇਕੱਠੇ ਕਰਕੇ ਉਹਨੂੰ ਕੱਲੇ ਬੰਦੇ ਨੂੰ ਕੁੱਟਮਾਰ ਕਰਦੇ ਹੋ ਜਾਨਾ ਤਾਂ ਇੱਥੇ ਆਓ ਆਓ ਹਿੰਦੁਸਤਾਨ 'ਚ ਆਓ ਇੰਡੀਆ 'ਚ ਆਓ ਪੰਜਾਬ 'ਚ ਤੁਹਾਨੂੰ ਲੋਕ ਦਿਖਾ ਦੇਣੇ ਵੇਖੋ ਚਲੋ ਮੈਂ ਕਹਨਾ ਆਖਰ ਸਚਾਈ ਸਾਹਮਣੇ ਪ੍ਰਗਟ ਹੋਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 2015 ਚ ਬਿਆਨ ਦਿੱਤਾ ਸੀ ਕਿ ਪੰਜਾਬ ਚ ਜਿਹੜੇ ਗੜਬੜ ਹੋ ਰਹੀ ਆ ਉਹ ਦੇ ਮਗਰ ਵਿਦੇਸ਼ਾਂ ਦੇ ਹੱਥ ਨੇ ਸਾਨੂੰ ਇਸ ਗੱਲ ਦੀ ਖੁਸ਼ੀ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਜਿਹੜੀ ਇੱਕ ਪੰਜਾਬੀ ਚੈਨਲ ਅੱਗੇ ਗੱਲਬਾਤ ਕਰਦੇ ਆ ਤੇ ਸਿਲੈਕਟ ਮੀਡੀਆ ਅੱਗੇ ਗੱਲ ਕਰਦੇ ਆ ਗੱਲ ਮੰਨੀ ਕਿ ਪੰਜਾਬ ਵਿੱਚ ਜਿਹੜੇ ਹਾਲਾਤ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਆ ਆਈਐਸਆਈ ਕਰ ਰਹੇ ਆ ਤੇ ਪੰਜਾਬ ਚ ਪੈ ਰਹੇ ਰੌਲੇ ਆ ਮਗਰ ਆਈਐਸਆਈ ਦਾ ਹੱਥ ਆ ਸਭ ਤੋਂ ਵੱਡੀ ਗੱਲ ਉਹਨਾਂ ਨੇ ਇਹ ਮੰਨੇ ਆ ਕਿ ਪੰਜਾਬ ਵਿੱਚ ਜਿਹੜੇ ਹਾਲਾਤ ਖਰਾਬ ਕਰਨ ਲਈ ਸਿੱਖ ਫॉर ਜਸਟਿਸ ਕੋਸ਼ਿਸ਼ ਕਰ ਰਿਹਾ ਹੈਗਾ ਉਹ ਵੀ ਜੋ ਸਾਡਾ ਇਲਜ਼ਾਮ ਸੀ ਉਹ ਸਾਬਤ ਕਰਤਾ ਉਹਨਾਂ ਨੇ ਤੀਸਰੀ ਗੱਲ ਉਹਨਾਂ ਨੇ ਜਿਹੜੇ ਰੈਡੀਕਲਸ ਬੈਠੇ ਆ ਉਹਨਾਂ ਦੀ ਵੀ ਗੱਲ ਸਾਬਤ ਕਰਤੀ ਕਿ ਉਹਨਾਂ ਨਾਲ ਰਲ ਕੇ ਪੰਜਾਬ 'ਚ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਹੁਣ ਸਵਾਲ ਸਿਰਫ ਇਹਨਾ ਉੱਠਦਾ ਹੈ ਕਿ ਪੰਜਾਬ ਦੇ ਰੂਰਲ ਡਿਵੈਲਪਮੈਂਟ ਐਂਡ ਪੰਜਾਬ ਮੰਤਰੀ ਸਦਾ ਤ੍ਰਿੰਦਰ ਸਿੰਘ ਬਾਜਵਾ 5 ਤੋਂ ਲੈ ਕੇ 7 ਅਗਸਤ ਤੱਕ ਕੁਝ ਦਿਨ ਪਹਿਲਾਂ ਜਿਹੜੀ ਉੱਥੇ 6 for justice ਦੀ ਲੰਡਨ ਦੇ ਟ੍ਰੈਫਿਕਲਰ ਸਕੁਅਰ 'ਚ ਕਨਵੈਨਸ਼ਨ ਹੋਈ ਆ ਲੰਡਨ 'ਚ ਸੀਗੇ। ਜਦ ਸੈਂਟਰ ਦੇ ਮਿਨਿਸਟਰ ਸੰਪਲਾ ਨੇ ਹੋਮ ਮਿਨਿਸਟਰ ਨੂੰ ਚਿੱਠੀ ਲਿਖੀ ਤਾਂ ਉਹਦੇ ਜਵਾਬ ਵਿੱਚ ਬਾਜਵਾ ਸਾਹਿਬ ਨੇ ਇਹ ਕਿਹਾ ਕਿ ਮੈਂ ਤਾਂ ਉੱਥੇ ਆਪਣੇ ਕਜ਼ਨ ਦੇ ਸੰਸਕਾਰ ਤੇ ਕਿਤੇ ਭੋਗ ਤੇ ਗਿਆ ਸੀਗਾ ਤੇ ਮੈਂ ਕਿਸੇ ਅਵਤਾਰ ਸਿੰਘ ਪੰਨੂ ਨੂੰ ਨਹੀਂ ਮਿਲਿਆ। ਜਦ ਉਹੀ ਇਲਜ਼ਾਮ ਕੁਝ ਦਿਨ ਬਾਅਦ ਸਰ ਨਿਰਮਲ ਸਿੰਘ ਕੱਲੋਂ ਸਾਡੇ ਸਾਹਮਣੇ ਸਪੀਕਰ ਨੇ ਲਾਏ। ਦਾ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਮੇਰੀ ਭਤੀਜੀ ਦਾ ਵਿਆਹ ਸੀ ਮੈਂ ਉੱਥੇ ਗਿਆ ਸੀ ਤੇ ਉੱਥੇ ਮੈਨੂੰ ਅਫਤਾਰ ਸਿੰਘ ਪੰਨੋ ਜਿਹੜਾ ਸਿੱਖ ਫੋਰ ਜਸਟਿਸ ਦਾ ਮੇਨ ਸਪੋਕਸਮੈਨ ਸੀਗਾ ਲੰਡਨ ਵਾਲੀ ਕਨਵੈਨਸ਼ਨ 'ਚੋਂ ਮਿਲਿਆ ਸੀ ਤੇ ਉਹਨਾਂ ਨੇ ਵਜ੍ਹਾ ਇਹ ਦੱਸੀ ਕਿ ਉਹਦਾ ਛੋਟਾ ਭਰਾ ਬਲਵਿੰਦਰ ਸਿੰਘ ਮੇਰੇ ਹਲਕੇ ਦਾ ਹੈਗਾ ਤੇ ਮੇਰਾ ਬਹੁਤ ਵੱਡਾ ਸਪੋਰਟਰ ਹੈ ਇਸ ਕਰਕੇ ਮਿਲਿਆ ਸੀ ਹੁਣ ਸਵਾਲ ਸਿਰਫ ਇੱਕੋ ਹੀ ਉੱਠਦਾ ਹੈ ਕਿ ਚੀਫ ਮਿਨਿਸਟਰ ਸਾਹਿਬ ਕਹਿ ਰਹੇ ਆ ਕਿ ਸਿੱਖ ਫੋਰ ਜਸਟਿਸ ਆ ਜਿਹੜਾ ਪੰਜਾਬ ਵਿੱਚ ਹਾਲਾਤ ਖਰਾਬ ਕਰਨ ਲਈ ਆਈਐਸ ਦੇ ਆਖੇ ਆਈਐਸਆਈ ਦੇ ਆਖੇ ਮਹੌਲ ਬਣਾ ਰਿਹਾ ਤੇ ਫੇਰ ਰਜਿਤ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਇਹ ਜਵਾਬ ਦੇਣਾ ਪਊਗਾ ਕਿ ਉਹਨਾਂ ਨੇ ਅਵਤਾਰ ਸਿੰਘ ਪੰਨੂ ਨਾਲ ਮਿਲਣੀ ਵਿੱਚ ਕੀ ਕੀ ਗੱਲਾਂ طے ਹੋਈਆਂ ਤੇ ਕੁਝ ਦਿਨ ਪਹਿਲਾਂ ਹੀ ਉਹ ਕਿਉਂ ਮਿਲੇ ਤੀਸਰੀ ਗੱਲ ਜਿਹੜੀ ਜਸਟਿਸ ਰਣਜੀਤ ਸਿੰਘ ਰਿਪੋਰਟ ਵਿੱਚ ਤਿੰਨ ਪੁਲਿਸ ਅਫਸਰਾਂ ਦੇ ਨਾਂ ਕੱਢੇ ਗਏ ਜਿਹੜੇ ਅਵਤਾਰ ਸਿੰਘ ਪੰਨੂ ਦੇ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਰਿਸ਼ਤੇਦਾਰ ਉਹਨਾਂ ਦੇ ਨਾਂ ਕਿਉਂ ਕੱਢੇ ਗਏ ਕੀ ਇਹ ਰੈਡਿਕਲਜ਼ ਨੂੰ ਖੁਸ਼ ਕਰਨ ਲਈ ਕੀਤਾ ਗਿਆ ਕੀ ਐਸਐਚਆਈ ਨੂੰ ਲੁਕਾਉਣ ਲਈ ਕੀਤਾ ਗਿਆ ਇਸ ਲਈ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਲੋਕਾਂ ਅੱਗੇ ਆਪਣਾ ਪੱਕਾ ਖੋਲਣਾ ਪਊਗਾ ਬਿੱਲੀ ਥੈਲਿਓਂ ਬਾਹਰ ਆ ਗਈ ਚੀਫ ਮਿਨਿਸਟਰ ਦੀ ਕਲੀਅਰ ਐਡਮਿਸ਼ਨ ਤੋਂ ਬਾਅਦ ਕਾਂਗਰਸ ਨੂੰ ਇਹ ਐਕਸਪਲੇਨ ਕਰਨਾ ਹੀ ਪਊਗਾ